ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੱਖੀ ਗਈ ਮਹਾ ਡਿਬੇਟ ਤੇ ਵਾਰ ਕਰਦਿਆਂ ਹੋਏ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਇਹ ਓਪਨ ਡਿਬੇਟ ਹੈ, ਇਹ ਕਿਹੋ ਜਿਹੀ ਓਪਨ ਡਿਬੇਟ ਹੈ, ਆਮ ਜਨਤਾ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ, ਪੁਲਿਸ ਦੀਆਂ ਟੁਕੜੀਆਂ ਹਰ ਗੇਟ ਤੇ ਖੜੀ ਕਰ ਦਿੱਤੀਆਂ ਗਈਆਂ, ਇੱਥੇ ਤੱਕ ਕਿ ਜਿਹੜਾ ਮੀਡੀਆ ਹੁੰਦਾ ਹੈ ਜਿਹਨੇ ਸਭ ਕੁਝ ਸਾਫ਼ ਸਾਫ਼ ਦਿਖਾਉਣਾ ਹੁੰਦਾ ਉਹਨੂੰ ਵੀ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਸਿਰਫ ਆਪਣੇ ਹੀ ਜਿਹੜੇ ਚਾਹੁਣ ਵਾਲੇ ਸਨ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਹੀ ਅੰਦਰ ਕੁਰਸੀਆਂ 'ਤੇ ਬਿਠਾਇਆ ਗਿਆ। ਇਹ ਕਿਹੋ ਜਿਹੀ ਓਪਨ ਡਿਬੇਟ ਹੈ? ਇਹ 'ਤੇ ਭਗਵੰਤ ਮਾਨ ਨੇ ਵੀ ਹੋਰ ਜਵਾਬ ਦਿੰਦਿਆਂ ਹੋਇਆ ਇੱਕ ਤਰ੍ਹਾਂ ਆਡੀਟੋਰੀਅਮ ਦੇ ਵਿੱਚੋਂ ਕਹਿ ਦਿੱਤਾ ਸੀਗਾ ਕਿ ਮੈਂ ਤਾਂ ਖੁੱਲ੍ਹਾ ਸੱਦਾ ਦਿੱਤਾ ਸੀਗਾ ਜਿੰਨੀਆਂ ਵੀ ਪੁਰਾਣੀ ਪਾਰਟੀਆਂ ਨੇ ਹੁਣ ਰਾਜਨੀਤਿਕ ਆਗੂਆਂ ਨੂੰ, ਲੇਕਿਨ ਕੋਈ ਵੀ ਨਹੀਂ ਆਇਆ। ਇਹ ਸਾਰੇ ਕੁਰਸੀ ਦੇ ਲਾਲਚੀ ਹਨ, ਲੇਕਿਨ ਇਹ ਕੁਰਸੀਆਂ ਦੇ ਲਾਲਚੀ ਅੱਜ ਇੱਥੇ ਕੁਰਸੀਆਂ ਖਾਲੀ ਛੱਡ ਗਏ ਨੇ, ਇਹ ਡਰ ਦੇ ਮਾਰੇ ਇੱਥੇ ਨਹੀਂ ਆਏ ਵੀ ਪੰਜਾਬ ਦਾ ਕੌਣ ਦਰਦੀ ਹੈ, ਕੌਣ ਗੱਦਾਰ ਹੈ, ਇਹ ਪੰਜਾਬੀ ਆਹ ਫੈਸਲਾ ਕਰਨਗੇ। ਕਿੰਨੇ, ਕਦੋਂ, ਕਿਵੇਂ, ਕਿਉਂ, ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਇਹ ਵੀ ਹੁਣ ਲੋਕ ਆਪ ਸਮਝ ਜਾਣਗੇ, ਕਿਉਂਕਿ ਜੋ ਇੱਥੇ ਹਾਲ ਹੋਇਆ ਉਹ ਸਾਰਾ ਕੁਛ ਇਹ ਖਾਲੀ ਕੁਰਸੀਆਂ ਜਿੰਨੇ ਵੀ 3.25 ਕਰੋੜ ਪੰਜਾਬੀ ਹੈ ਉਹਨਾਂ ਨੂੰ ਦਿਖ ਰਹੀਆਂ ਨੇ, ਉਹ ਆਹ ਫੈਸਲਾ ਕਰਨਗੇ ਕਿ ਕਿਸ ਤਰ੍ਹਾਂ ਇੱਥੇ ਖਾਲੀ ਕੁਰਸੀਆਂ ਕਰਕੇ ਨਾ ਆਉਣ ਕਰਕੇ ਜੋ ਇਹ ਮਹਾਂ ਡਿਬੇਟ ਰੱਖੀ ਗਈ ਸੀਗੀ ਇਹਨੂੰ ਉਸ ਤਰ੍ਹਾਂ ਦਾ ਸਾਰਥਕ ਜਾਮਾ ਨਹੀਂ ਪਹਿਨਾਇਆ ਗਿਆ। ਲੇਕਿਨ ਜੇ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਟਵੀਟ ਕਰਕੇ ਸਾਫ਼ ਕਿਹਾ ਕਿ ਆਮ ਜਨਤਾ ਨੂੰ ਅੰਦਰ ਜਾਣ ਦਿੱਤਾ ਗਿਆ, ਇੱਥੇ ਤੱਕ ਕਿ ਐਂਟੀ ਰੋਇਟ ਵਹੀਕਲ ਜਿਹੜੇ ਹੁੰਦੇ ਨੇ ਵਾਟਰ ਕੈਨਨਸ ਹੁੰਦੀਆਂ ਨੇ ਉਹ ਲਗਾ ਦਿੱਤੇ ਗਏ ਹੈ, ਇੱਥੇ ਤੱਕ ਕਿ ਹਰ 2 ਕਿਲੋਮੀਟਰ 'ਤੇ ਨਾਕੇ ਲਗਾ ਕੇ ਆਲ ਓਵਰ ਸ਼ਹਿਰ ਦੇ ਵਿੱਚ ਜੇ ਆਪਾਂ ਗੱਲ ਕਰੀਏ, ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਆਊਟਰ 'ਤੇ ਪੈਂਦੀ ਹੈ ਅਤੇ ਇੱਕ ਬਹੁਤ ਵੱਡੀ ਯੂਨੀਵਰਸਿਟੀ ਹੈ, ਇਹਦੇ 8 ਦੇ ਤਕਰੀਬ ਗੇਟ ਨੇ ਅਤੇ ਹਰ ਗੇਟ 'ਤੇ ਪੁਲਿਸ ਤੈਨਾਤ ਸੀ, ਪਰ ਜੇਕਰ 1 ਨੰਬਰ ਗੇਟ ਦੀ ਗੱਲ ਕਰੀਏ ਤਾਂ ਉੱਥੇ ਮੀਡੀਆ ਦਾ ਜਮਾਵੜਾ, ਉਹਨੂੰ ਅੰਦਰ ਨਾ ਜਾਣ ਦੇਣ ਦੀ ਇਜਾਜ਼ਤ, ਉਸ ਤੋਂ ਇਲਾਵਾ ਆਮ ਜਨਤਾ ਨੂੰ ਰੋਕਣਾ, ਐਂਟੀ ਰੋਇਟ ਵਹੀਕਲ, ਵਾਟਰ ਕੈਨਨ ਗੱਡੀਆਂ, ਉਸ ਤੋਂ ਇਲਾਵਾ ਹਰ ਤਰ੍ਹਾਂ ਨਾਲ ਪੁਲਿਸ ਫੋਰਸ 'ਤੇ ਤੈਨਾਤ ਕਰਕੇ ਇਹ ਕਿਸ ਤਰ੍ਹਾਂ ਦੀ ਓਪਨ ਡਿਬੇਟ ਮੁੱਖ ਮੰਤਰੀ ਭਗਵੰਤ ਮਾਨ ਰੱਖਣਾ ਚਾਹੁੰਦੇ ਨੇ ਇਹ ਵੀ ਲੋਕ ਹੁਣ ਆਪ ਹੀ ਸੋਚ ਲੈਣ।